ਜ਼ਰੂਰੀ ਹੈ ਪੂਨਾ ਆਇਆ ਕਰ ਮੇਰਾ ਬੱਚਾ ਹਕੂਮਤ ਤੇਰੇ ਹੱਥ ਹੋਣੀ ਚਾਹੀਦੀ ਕਿੰਨੇ ਦਿਨਾਂ ਤੋਂ ਡੇਢ ਮਹੀਨਾ ਹੋ ਗਿਆ ਫਿਰ ਰਹੇ ਵੇਲੇ ਮਜ਼ਦੂਰੀ ਲੱਭੀ ਹੈ ਭੈਣ ਨਹੀਂ ਮਜ਼ਦੂਰੀ ਕਿੰਨੀ ਦੇਰ ਤੋਂ ਹਫਤਾ ਦੋ ਹਫਤੇ ਹੋ ਗਏ ਨੇ ਮਜ਼ਦੂਰੀ ਲੱਭੀ ਨਾ ਜੀ ਨਾ ਕਿੰਨੀ ਦੇਰ ਤੋਂ ਅੱਜ ਦਸਵਾਂ ਦਿਨ ਜੇ ਤੇ ਮੋਟਰਸਾਈਕਲ ਵੇਚ ਕੇ ਬਿਜਲੀ ਦਾ ਬਿੱਲ ਦਿੱਤਾ ਨਾ ਕੋਈ ਹਕੂਮਤ ਦਾ ਇਹਦੇ ਚ ਕੋਈ ਰੋਲਾ ਹੈ ਤੇ ਨਾ ਹੀ ਕਿਸੇ ਅਮੀਰ ਬੰਦੇ ਦਾ ਰੋਲਾ ਰੋਲਾ ਸਾਡਾ ਮਾੜੇ ਬੰਦੇ ਹੋਣਾ ਇਹ ਕਸੂਰ ਹੈ ਕਿ ਮਾੜਾ ਹੋਣਾ ਖੁਸ਼ੀਆਂ ਤੱਕ ਲੋਕ ਐਸੇ ਹੀ ਪਹੁੰਚਦੇ ਆ ਕਿੰਨੇ ਬੰਦੇ ਮਜ਼ਦੂਰ ਖਲੋਤੇ ਨੇ ਕਿਸੇ ਕੋ ਪੁੱਛੋ ਸਵੇਰ ਨਾਸ਼ਤਾ ਕਰਕੇ ਆਇਆ ਕਰੋ ਪੈਸੇ ਹੀ ਨਹੀਂ ਗਏ ਭੁੱਖੇ ਆਏ ਬਿੱਲ ਕੋ ਭੁੱਖੇ ਮੋਟਰਸਾਈਕਲ ਵੇਚ ਕੇ ਬਿੱਲ ਦਿੱਤਾ ਬਿਜਲੀ ਦਾ ਅੱਗੇ ਹੁਣ ਇੱਕ ਬੱਚਾ ਵੇਚਾਂ ਦਾ ਕਿਰਾਇਆ ਦੇਣ ਦਾ ਮਕਾਨ ਦਾ ਚੋਰੀਆਂ ਕਰੀਏ ਡਾਕੇ ਮਾਰੀਏ ਕੀ ਕਰੀਏ ਲੇਕਿਨ ਅਸੀਂ ਨਹੀਂ ਇਹਨੇ ਜੋਗੇ ਅਸੀਂ ਨਹੀਂ ਹੈਗੇ ਪੁੱਤਰ ਕਹਿੰਦਾ ਮਜ਼ਦੂਰੀ ਆ ਪੂਨਾ ਆਇਆ ਕਰ ਹਾਂ ਨਹੀਂ ਹੈ ਕੀ ਨਾਮ ਹੈ ਤੇਰਾ ਅਦਨਾਨ ਹਾਂ ਅਦਨਾਨ ਅਦਨਾਨ ਮੇਰਾ ਬੱਚਾ ਤੂੰ ਗ੍ਰੇਟ ਆਦਮੀ ਤੂੰ ਨੰਬਰ 1 ਆਦਮੀ ਹਕੂਮਤ ਤੇਰੇ ਹੱਥ ਹੋਣੀ ਚਾਹੀਦੀ ਇਹ ਦੇਖੇ ਤੁਸੀਂ ਕੀ ਕਰਦੇ ਹੋ ਹੈ ਮਜ਼ਦੂਰੀ ਕਰਨਾ ਹੈ ਕਿੰਨੇ ਦਿਨਾਂ ਤੋਂ ਮਜ਼ਦੂਰੀ ਨਹੀਂ ਲੱਭੀ ਲੱਭਦੀ ਨਹੀਂ ਭਈ ਕੀ ਕਰੀਏ ਲੱਭਦੀ ਨਹੀਂ ਭਈ ਕਿੰਨੇ ਦਿਨਾਂ ਤੋਂ ਤਕਰੀਬਨ ਮਹੀਨਾ ਡੇਢ ਮਹੀਨਾ ਹੋ ਗਿਆ ਮਹੀਨੇ ਡੇਢ ਤੋਂ ਮਜ਼ਦੂਰੀ ਨਹੀਂ ਲੱਭਦੀ ਭਈ ਨਹੀਂ ਕੀ ਕਰੇ ਕੀ ਕਰੇ ਟਕੇਤੀਆਂ ਡਾਲੇ ਚੋਰੀਆਂ ਕਰੇ ਇਹ ਦੇਖੀ ਮਜ਼ਦੂਰ ਹੈ ਇਹ ਸਾਰੇ ਮਜ਼ਦੂਰ ਹੈ ਕਿੰਨੇ ਦਿਨਾਂ ਤੋਂ ਮਜ਼ਦੂਰੀ ਡੇਢ ਮਹੀਨਾ ਹੋ ਗਿਆ ਫਿਰ ਰਹੇ ਵੇਲੇ ਹੀ ਹਾਂਜੀ ਕਿੰਨਾ ਪੜ੍ਹਦੇ ਹੋ ਪੜ੍ਹੇ ਨਹੀਂ ਆ ਬੱਚੇ ਕਿੰਨੇ ਨੇ ਬੱਚਾ ਨਹੀਂ ਸ਼ਾਦੀ ਹੋਈ ਅਜੇ ਮਜ਼ਦੂਰੀ ਲੱਭੀ ਹੈ ਭੈਣ ਨਹੀਂ ਮਜ਼ਦੂਰੀ ਕਿੰਨੀ ਦੇਰ ਤੋਂ ਹਫਤਾ ਦੋ ਹਫਤੇ ਹੋ ਗਏ ਨੇ ਕੋਈ ਕੰਮ ਕਾਜ ਨਹੀਂ 62 ਸਾਲ ਦਾ ਰਿਟਾਇਰਡ ਆਦਮੀ ਸਿਆਲਕੋਟ ਸੇ ਆ ਕੇ ਯਹਾਂ ਪਰ ਦਸਤੋ ਗਿਰੇਬਾ ਹੈ ਔਰ ਧੱਕੇ ਖਾ ਰਿਹਾ ਹੈ ਮਜ਼ਦੂਰੀ ਲੱਭੀ ਨਾ ਜੀ ਨਾ ਕਿੰਨੀ ਦੇਰ ਤੋਂ ਅੱਜ ਦਸਵਾਂ ਦਿਨ ਜੇ ਦਸਵਾਂ ਦਿਨ ਨੇ ਤੇ ਮੋਟਰਸਾਈਕਲ ਵੇਚ ਕੇ ਬਿਜਲੀ ਦਾ ਬਿੱਲ ਦਿੱਤਾ ਹੈ ਮੋਟਰਸਾਈਕਲ ਵੇਚ ਕੇ ਬਿਜਲੀ ਦਾ ਬਿੱਲ ਦਿੱਤਾ ਹੈ ਕੰਮ ਨਹੀਂਗਾ ਹਾਂਜੀ ਸਵਾਰੀ ਵੀ ਗਈ ਤੇ ਆਪ ਤੁਹਾਡੇ ਸਾਹਮਣੇ ਹੋਇਆ ਕਿੰਨੂ ਕਮਾਉਣ ਕਿੰਨੇ ਬੱਚੇ ਨੇ ਪੰਜ ਜੀ ਤੇ ਲਾ ਤੁਹਾਡੇ ਸਾਹਮਣੇ ਨੇ ਨਾ ਕੋਈ ਹਕੂਮਤ ਦਾ ਇਹਦੇ ਚ ਕੋਈ ਰੋਲਾ ਹੈ ਤੇ ਨਾ ਹੀ ਕਿਸੇ ਅਮੀਰ ਬੰਦੇ ਦਾ ਰੋਲਾ ਰੋਲਾ ਸਾਡਾ ਹੈ ਮਾੜੇ ਬੰਦੇ ਹੋਣਾ ਬਸ ਇਹ ਰੋਲਾ ਹੈ ਨਹੀਂ ਕਸੂਰ ਹੈ ਕਿ ਮਾੜਾ ਹੋਣਾ ਬਸ ਇਹ ਹੀ ਰੋਲਾ ਹੈ ਕਦੀ ਦਿਲ ਕਰਦਾ ਕਿ ਮੈਂ ਕਹਿੰਦਾ ਹਕੂਮਤ ਦਾ ਕੋਈ ਰੋਲਾ ਨਹੀਂ ਖੁਸ਼ੀਆਂ ਤੱਕ ਲੋਕ ਐਸੇ ਹੀ ਪਹੁੰਚਦੇ ਆ ਹਕੂਮਤ ਦਾ ਕੋਈ ਰੋਲਾ ਨਹੀਂ ਸੋਚਣ ਅਮੀਰ ਬੰਦੇ ਜਿਨ੍ਹਾਂ ਕੋਲ ਬਲੈਕ ਮਨੀ ਹੈ ਉਹ ਸੋਚਣ ਸਾਡੇ ਬਾਰੇ ਕਿ ਸੜਕਾਂ ਤੇ ਅਸੀਂ ਖਲੋਤੇ ਆ ਸਾਡੇ ਬਾਰੇ ਜ਼ਰਾ ਨਹੀਂ ਸੋਚ ਰਿਹਾ ਉਹ ਹਕੂਮਤ ਨੇ ਕੀ ਸੋਚਣਾ ਕਿਤਨਾ ਕਿਤਨਾ ਬੜਾ ਗੁੰਡਾ ਹੈ ਕਿਤਨਾ ਕਿਤਨਾ ਬੜਾ ਬਦਮਾਸ਼ ਹੈ ਕਿਤਨਾ ਕਿਤਨਾ ਬੜਾ ਨੌਸਰਬਾਦ ਹੈ ਜੋ ਲੋਕੋ ਸੇ ਕਰੋੜੋ ਰੁਪਿਆ ਹੇਠ ਕੇ ਬੈਠਾ ਹੈ ਆਪ ਟਿਕਟੇ ਲੈਣੇ ਕੇ ਲਈ ਇਲੈਕਸ਼ਨ ਕੇ ਲਈ ਜਾਤੇ ਹੈ ਅਰਬੋ ਰੁਪਿਆ ਦੇਤੇ ਹੈ ਇਨ ਗਰੀਬੋ ਕੇ ਲਈ ਇੱਕ ਰੁਪਿਆ ਨਹੀਂ ਹੈ ਆਪਕੇ ਪਾਸ ਕਿੰਨੇ ਬੰਦੇ ਮਜ਼ਦੂਰ ਖਲੋਤੇ ਨੇ ਕਿਸੇ ਕੋ ਪੁੱਛੋ ਸਵੇਰ ਨਾਸ਼ਤਾ ਕਰਕੇ ਆਇਆ ਕਰੋ ਕੋਕੋ ਮੇ ਕੋ ਫਸਾਇਲ ਹੀ ਕੋਈ ਨਹੀਂ ਪੈਸੇ ਹੀ ਨਹੀਂ ਗੇ ਨਹੀਂ ਕਰ ਰਿਹਾ ਭੁੱਖੇ ਆਏ ਬੇਲ ਕੋ ਭੁੱਖੇ ਜੇ ਬਾਜੂ ਪੈਸੇ ਵੇਖੋ ਕੋਈ ਨਹੀਂ ਗੇ ਤੇ ਘਰ ਕੀ ਹੋਏਗਾ ਕੁਝ ਵੀ ਨਹੀਂ ਤੇ ਕੋਈ ਅਮੀਰ ਬੰਦੇ ਨੂੰ ਖਿਆਲ ਨਹੀਂ ਆ ਰਿਹਾ ਕਿਸੇ ਇੱਕ ਨੂੰ ਵੀ ਨਹੀਂ ਆ ਰਿਹਾ ਕੀ ਕਰਨਾ ਹੈ ਇੰਨੇ ਪੈਸਾ ਕੀ ਕਰਨਾ ਮਰਨਾ ਤੇ ਹੈ ਹੀ ਸਾਰਿਆਂ ਨੇ ਮਰਨਾ ਸਾਰਿਆਂ ਨੇ ਗਰੀਬ ਨੇ ਵੀ ਮਰ ਜਾਣਾ ਜੋ ਜਿਹੜਾ ਕਰੋੜਾਂ ਰੁਪਏ ਸਾਂਭ ਕੇ ਬੈਠਾ ਉਹਨੇ ਵੀ ਮਰਨਾ ਅਸੀਂ ਰੋਜ਼ ਮਰ ਰਹੇ ਹਾਂ ਰੋਜ਼ ਮਰ ਰਹੇ ਹਾਂ ਲੇਕਿਨ ਸਾਡੇ ਬਾਰੇ ਕੋਈ ਨਹੀਂ ਸੋਚ ਰਿਹਾ ਕੋਈ ਇੱਕ ਅਮੀਰ ਬੰਦਾ ਵੀ ਨਹੀਂ ਸੋਚ ਰਿਹਾ ਪੂਰੇ ਪਾਕਿਸਤਾਨ ਨਵਾਜ਼ ਸ਼ਰੀਫ ਤੇ ਅੱਛਾ ਆਦਮੀ ਹੈ ਅੱਛਾ ਹੋਏਗਾ ਸਾਰੇ ਅੱਛੇ ਨੇ ਹਕੂਮਤ ਦੇ ਸਾਰੇ ਬੰਦੇ ਅੱਛੇ ਨੇ ਲੇਕਿਨ ਮਰਨਾ ਸਾਰਿਆਂ ਨੇ ਗਰੀਬ ਦੇ ਬਾਰੇ ਕੋਈ ਨਹੀਂ ਸੋਚ ਰਿਹਾ ਮੋਟਰਸਾਈਕਲ ਵੇਚ ਕੇ ਬਿੱਲ ਦਿੱਤਾ ਬਿਜਲੀ ਦਾ ਅੱਗੇ ਹੁਣ ਇੱਕ ਬੱਚਾ ਵੇਚਾਂ ਦਾ ਕਿਰਾਇਆ ਦੇਣ ਦਾ ਮਕਾਨ ਦਾ ਕੀ ਕਹਿੰਦੇ ਹੋ ਲਾ ਤੁਹਾਡੇ ਸਾਹਮਣੇ ਬੱਚਾ ਕਿੱਥੋਂ ਦੱਸੇ ਫਿਰ ਕਿਰਾਇਆ ਦੇਣ ਦਾ ਮਕਾਨ ਦਾ ਤੇ ਖਾਣ ਪੀਣ ਦਾ ਰੋਜ਼ਗਾਰ ਕਿੱਥੋਂ ਰੋਜ਼ ਚੱਲ ਰਿਹਾ ਕੋਈ ਨਹੀਂ ਚੱਲ ਰਿਹਾ ਚੋਰੀਆਂ ਕਰੀਏ ਡਾਕੇ ਮਾਰੀਏ ਕੀ ਕਰੀਏ ਲੇਕਿਨ ਅਸੀਂ ਨਹੀਂ ਇਹਨੇ ਜੋਗੇ ਅਸੀਂ ਨਹੀਂ ਹੈਗੇ ਲੇਕਿਨ ਅਮੀਰ ਬੰਦਿਆਂ ਨੂੰ ਸੋਚਣਾ ਚਾਹੀਦਾ ਅਮੀਰ ਬੰਦੇ ਅੱਜ ਫੈਸਲਾ ਕਰ ਲੈਣ ਲਾਹੌਰ 'ਚ ਕੋਈ ਬੰਦਾ ਭੁੱਖਾ ਨਹੀਂ ਸੋਏਦਾ ਲੇਕਿਨ ਉਹਨਾਂ ਨੂੰ ਖਿਆਲ ਨਹੀਂ ਆ ਰਿਹਾ ਉਹ ਬੜੇ ਜ਼ਾਲਮ ਹੈ ਉਹ ਕਹਿੰਦੇ ਕਿ ਹੱਕਦਾਰ ਹੈ ਕਿ ਨਹੀਂ ਹੱਕਦਾਰ ਹੈ ਪਹਿਲੇ ਆ ਵੇਖਾਂਗੇ ਕਿੰਨੀ ਦੇਰ 'ਚ ਬੰਦਾ ਮਰ ਜਾਏਗਾ ਮਾਰਨ ਡਏ ਨੇ ਮਰਨ ਡਏ ਅਸੀਂ ਲੇਕਿਨ ਅਮੀਰ ਬੰਦਾ ਵੇਖ ਰਿਹਾ ਤੇ ਉਹਨੇ ਪੈਸਾ ਨਾਲ ਨਹੀਂ ਲਿਜਾਣਾ ਇਹ ਸਾਰਾ ਕੁਝ ਇੱਥੇ ਛੱਡ ਜਾਏਗਾ ਦਿਲ 'ਚ ਖਿਆਲ ਨਹੀਂ ਆਉਂਦਾ ਕਿ ਅਸੀਂ ਪੈਦਾ ਹੀ ਕਿਉਂ ਹੈ ਮੈਂ ਲੇਕਿਨ ਹੁਣ ਅਸੀਂ ਮੇਰੇ ਤੋਂ ਦਿਲ 'ਚ ਖਿਆਲ ਆਤਾ ਹੈ ਮੇਰੇ ਤੋਂ ਆਤਾ ਹੈ ਬਾਕੀ ਬੱਚੇ ਤੁਹਾਡੇ ਪੰਜ ਬੱਚੇ ਨੇ ਬੇਟੀਆਂ ਕਿੰਨੀਆਂ ਦੋ ਬੇਟੀਆਂ ਨੇ ਤਿੰਨ ਬੇਟੇ ਹਾਂਜੀ ਓਏ ਹੋਏ ਘਰ ਦਾ ਕਿੰਨਾ ਕਿਰਾਇਆ ਘਰ ਦਾ ਕਿਰਾਇਆ 12000 ਇੱਕ ਕਮਰਾ ਜੀ ਕੋਈ ਕਮਰਾ ਇੱਕ ਵਾਸ਼ਰੂਮ ਬਿਲਕੁਲ ਮੈਂ ਤੇ ਇਹ ਕਹਿ ਰਿਹਾ ਕਿ ਜਿਹੜੇ ਕਿਰਾਏ ਨੇ ਨਾ ਲਾਹੌਰ 'ਚ ਉਹ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਬੰਦੇ ਸੋਚ ਰਿਹਾ 12000 ਕਿਰਾਇਆ ਹੋ ਗਿਆ ਬਿਜਲੀ ਦਾ ਬਿੱਲ ਕਿੰਨਾ 6000 ਆਇਆ 6000 12000 ਰੁਪਿਆ ਜਿਸ ਘਰ ਦਾ ਕਿਰਾਇਆ ਹੈ ਇੱਕ ਕਮਰਾ ਹੈ ਉਸ ਦਾ 6000 ਰੁਪਿਆ ਬਿੱਲ ਜੀ 1800 ਆਇਆ ਜਿਹੜੀ ਗੈਸ ਆ ਹੀ ਨਹੀਂ ਰਹੀ ਜਿਹੜੀ ਗੈਸ ਆ ਹੀ ਨਹੀਂ 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 ਆ ਰਹੀ ਲੱਕੜਾਂ ਨੇ ਅਭੀ ਦੀਆਂ ਮਾਰੋ ਤੇ ਬਿੱਲ ਦੇ ਰਿਹਾ ਮੈਂ ਲੱਕੜਾਂ ਕਿੰਨੇ ਦੀਆਂ ਕਿਲੋ ਨੇ 30 ਦੇ ਪੈਸੇ ਕਿਲੋ ਲੱਕੜਾਂ ਨੇ 30-40 ਰੁਪਏ ਕਿਲੋ ਲੱਕੜਾਂ ਨੇ ਉਹ ਵੀ ਉਹਲੀਆਂ ਜਿਹੜੀਆਂ ਅੱਖਾਂ ਤੋਂ ਜ਼ਿਆਦਾ ਨੇ ਹੁਣ ਇਸ ਟਾਈਮ ਜਿਹੜਾ 3 ਟਾਈਮ ਖਾਣਾ ਖਾਈਦਾ ਸੀ ਨਾ 24 ਘੰਟਾ ਜੋ ਹੁਣ 1 ਟਾਈਮ ਖਾ ਰਿਹਾ 2 ਟਾਈਮ ਫਾਕੇ ਫਾਕੇ
ਹੁਣ ਮੁਲਕ ਨੂੰ ਕਹੀਏ ਕਿ ਮੁਲਕ ਦੇ ਬੰਦਿਆਂ ਨੂੰ ਵੀ ਹੋਇਆ ਤੁਹਾਡਾ ਨਾਂ ਕੀ ਮੁਹੰਮਦ ਜਮੀਲ ਮੁਹੰਮਦ ਜਮੀਲ ਕਦੀ ਇੰਜ ਵੀ ਹੋਇਆ ਕਿ ਭੁੱਖੇ ਹੀ ਸੋ ਗਏ ਹੋ लेकिन मेरे को लगता है जिस तरह हालात रह रहे हैं जिस तरह हुकूमत कर रही है या जिस तरह अमीर लोग ताजर कर रहे हैं बीबी गुस्सा होती जी सारा गुस्सा लेकिन हुण है देखो कि असी कदी कहंदी नहीं कि मेरे नसीबां च की लिखा गल नसीबां दी नहीं है गल साडे मुल्क दी साडे को सारा कुछ हैगा सारे बंदे इत्थे सारा कुछ हैप्पी हो सकदे लेकिन उतली सता चावे इत्थे सारे लोग जिहड़े अरबा खरबापति उहनां दे बारे कह रहे हैं लखां लैदे नहीं कह रहे करोड़ां बंदे जिन्हों को करोड़ा माल पिया वह किस वजह तो पिया सारा कुछ मदद करांगे लोग एक बंदा है भी करोड़ का लाहौर च मालिक है पंजाह पंजाह करोड़ का मालिक दो जी ने लेकिन वो साढ़े बारे सोचे ना मां पैसा इतने रह जाना सारा कुछ लैंड क्रूजर दे बारे की ना सोचे लेकिन कोई गल नहीं कहने असं कहने कोई गल नहीं साढ़े सामने लंघते पैने रोज लंघते पैन उन्होंने असं नजर ही नहीं आ रहे इतने बैठे इतने किन्ने बंदे लगे जा रहे हो देखो कि अमीर गड्डिया हुकूमतों को तो बाद में पूछना पहले तो वो उमरा वो शर्फा जो इन लोगों के नाम के ऊपर करोड़ों रुपया हेंटते हैं वो इनको क्या देते हैं सोचने की बात तो ये है।